ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਖਬਰ ਆਈ ਹੈ, ਹੁਣ ਕਿ ਉਸ ਨੂੰ ਫਿਰ ਵਾਪਸ ਲੈ ਲਿਆ ਗਿਆ। ਹੁਣ ਮੈਨੂੰ ਪਤਾ ਲੱਗਿਆ ਉਹ ਫਿਰ ਇਹਨਾਂ ਨੇ ਉਹ ਐਡਵਾਈਜ਼ਰੀ ਜਾਰੀ ਕਰਤੀ ਹੈ ਕਿ ਕਿਸੇ ਨੂੰ ਵੀ ਕੈਨੇਡਾ ਤੋਂ ਵੀਜ਼ਾ ਨਹੀਂ ਮਿਲਣਾ ਇੰਡੀਆ ਆਉਣ ਵਾਸਤੇ। ਮੈਂ ਸਮਝਦਾ ਇਹ ਬੜਾ ਹੀ ਰਿਗਰੈਸਿਵ ਸਟੈਪ ਹੈ, ਬੜਾ ਹਾਰਸ਼ ਸਟੈਪ ਹੈ, ਔਰ ਇਹਦੇ ਫਾਰ ਰੀਚਿੰਗ ਕੌਨਸੀਕੁਐਂਸਿਸ ਹੋਣੇ, ਕਿਉਂਕਿ ਸਾਨੂੰ ਸਭ ਨੂੰ ਪਤਾ ਕਿ ਵੱਡੀ ਗਿਣਤੀ 'ਚ ਪੰਜਾਬੀ ਬੱਚੇ ਔਰ ਪੰਜਾਬੀ ਫੈਮਿਲੀਜ਼ ਕੈਨੇਡਾ 'ਚ ਸੈਟਲਡ, ਔਰ ਉਹਨਾਂ ਦੇ ਖੁਸ਼ੀ ਗਮੀ ਦੇ ਪ੍ਰੋਗਰਾਮ, ਕਿਸੇ ਦੀ ਫੈਮਿਲੀ 'ਚ ਕੋਈ ਐਮਰਜੈਂਸੀ ਹੋ ਸਕਦੀ ਹੈ, ਕੋਈ ਅਨਫੋਰਚੁਨੇਟ ਡੈਥ ਹੋ ਸਕਦੀ ਹੈ ਜਿਹਦੇ ਕਰਕੇ ਕੋਈ ਭੋਗ 'ਤੇ ਆ ਰਿਹਾ, ਜਾਂ ਪਰਿਵਾਰ ਦੇ ਓਲਡ ਪੇਰੈਂਟਸ ਦੀ ਲੋੜ ਹੈ ਉਹਦੇ ਕਰਕੇ ਇੱਥੇ ਆ ਰਿਹਾ, ਔਰ ਕੋਈ ਬੱਚਿਆਂ ਦੀ ਐਮਰਜੈਂਸੀ ਹੋ ਸਕਦੀ ਹੈ, ਅਤੇ ਜੇ ਕੋਈ ਆ ਨਾ ਸਕੇ, ਆਈ ਥਿੰਕ ਇਹ ਬੜਾ ਇਨਹਿਊਮਨ ਸਟੈਪ ਮੰਨਿਆ ਜਾਊਗਾ। ਔਰ ਨਾ ਕੇਵਲ ਇਹ ਫਾਈਨੈਂਸ਼ੀਅਲ ਇਹਦਾ ਬੜਾ ਸੀਰੀਅਸ ਲੋਸ ਹੈ, ਇਹਦਾ ਇਮੋਸ਼ਨਲ ਬੜਾ ਸੀਰੀਅਸ ਲੋਸ ਹੈ, ਇਹਦਾ ਸੋਸ਼ਲ ਬੜਾ ਸੀਰੀਅਸ ਲੋਸ ਹੈ। ਇਸ ਲਈ ਹਰ ਪੱਖ ਤੋਂ, ਕਿਉਂਕਿ ਇਹ ਵੀ ਸਾਨੂੰ ਪਤਾ ਹੈ ਕਿ ਕਈ ਇਲਾਜ ਕਰਵਾਉਣ ਵਾਸਤੇ ਵੀ ਪੰਜਾਬ ਆਉਂਦੇ ਹੈ, ਦਿੱਲੀ ਆਉਂਦੇ ਹੈ, ਮਹਾਰਾਸ਼ਟਰਾ ਜਾਂਦੇ ਹੈ, ਕੇਰਲਾ ਜਾਂਦੇ ਹੈ, ਦੇਸ਼ ਦੇ ਸਾਡੇ ਅੱਡ ਅੱਡ ਸ਼ਹਿਰਾਂ 'ਚ ਜਾਂਦੇ ਆ ਇਲਾਜ ਕਰਵਾਉਣ ਵਾਸਤੇ, ਉਹ ਇਲਾਜ ਤੋਂ ਵੀ ਵਾਂਝੇ ਰਹਿ ਜਾਣਗੇ, ਕਈ ਮੈਡੀਕਲ ਐਮਰਜੈਂਸੀਜ਼ ਹੁੰਦੀਆਂ ਨੇ। ਸੋ ਪਰਿਵਾਰਕ ਤੌਰ 'ਤੇ ਖੁਸ਼ੀ ਗਮੀ ਕਰਕੇ, ਕਈਆਂ ਦੇ ਵਿਆਹ ਸੈੱਟ ਨੇ, ਕਈਆਂ ਨੇ ਪਹਿਲੇ ਸਮੋਕ ਕਰਾਏ ਆ, ਕਈ ਬਹੁਤ ਇਹਦੇ ਨਾਲ, ਇਟਸ ਅ ਵੈਰੀ ਬਿਗ ਸਟੈਪ ਐਂਡ ਇਹਦੇ ਫਾਰ ਰੀਚਿੰਗ ਇਫੈਕਟਸ ਨੇ। ਆਈ ਥਿੰਕ ਇਹ ਥਿੰਕ ਥਰੂ ਕਰਦੇ ਹੋਏ ਦੋਵੇਂ ਸਰਕਾਰਾਂ ਨੂੰ ਬੜੀ ਮੈਚਿਓਰਲੀ ਇਸ ਨੂੰ ਹੈਂਡਲ ਕਰਨਾ ਚਾਹੀਦਾ। ਵਾਈ ਸ਼ੁੱਡ ਪੀਪਲ ਸਫਰ ਬਿਕੋਜ਼ ਆਫ ਐਕਸ਼ਨਸ ਆਫ ਸਰਟਨ ਇੰਡੀਵਿਜੁਅਲਸ? ਸੋ ਪੀਪਲ ਸ਼ੁੱਡ ਨਾਟ ਸਫਰ ਐਂਡ ਪੀਪਲ ਕੰਟੈਕਟ ਸ਼ੁੱਡ ਕੰਟੀਨਿਊ, ਮੇਰਾ ਇਹ ਮੰਨਣਾ ਐਜ਼ ਰਿਸਪੋਂਸੀਬਲ ਗਵਰਨਮੈਂਟਸ ਐਂਡ ਇੰਡੀਵਿਜੁਅਲਸ। ਮੈਂ ਸਮਝਦਾ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਦੇ 'ਚ ਬੀਂਗ ਸਿੰਪਥੈਟਿਕ ਟੂ ਦਾ ਕੋਜ਼, ਵੀ ਸ਼ੁੱਡ ਰਿਵਿਊ ਆਰ ਡਿਸੀਜਨ। ਬਹੁਤ ਬਹੁਤ ਧੰਨਵਾਦ।